ਅਸਲਾਮ ਵਾਲੇਕੁਮ ਸੱਜਣੋ ਅਤੇ ਬੇਲੀਓ ਅਤੇ ਮਿੱਤਰੋ, ਨਵੇਂ ਵਲੌਗ ਦੇ ਨਾਲ ਹਾਜ਼ਰ ਹਾਂ ਜੀ। ਖੇਤ ਵੇਖ ਰਹੇ ਹੋ ਮੰਜੀ ਦਾ, ਬੜਾ ਹੀ ਪਿਆਰਾ ਖੇਤ ਹੈ ਮਾਸ਼ਾਅੱਲਾ। ਅੱਜ ਅਸੀਂ ਜਾ ਰਹੇ ਹਾਂ ਫੀਲਡ ਦੇ ਵਿੱਚ ਅਤੇ ਤੁਹਾਨੂੰ ਸਾਰਾ ਵਿਜ਼ਿਟ ਕਰਾਉਂਦੇ ਹਾਂ ਫੀਲਡ ਦਾ। ਸੜਕਾਂ ਦੇ ਆਲੇ ਦੁਆਲੇ ਤੁਸੀਂ ਵੇਖ ਰਹੇ ਹੋਵੋਗੇ ਕਿ ਕਣਕ ਵੱਢੀ ਪਈ ਹੈ, ਭਰੀਆਂ ਬੰਨੀਆਂ ਹੋਈਆਂ ਨੇ ਅਤੇ ਊਂਠ ਵਾਲੇ ਜਾ ਰਹੇ ਨੇ। ਨਜ਼ਾਰਾ ਚੈੱਕ ਕਰੋ ਜਨਾਬ, ਕਿਆ ਨਜ਼ਾਰੇ ਨੇ ਪਿੰਡ ਦੀਆਂ ਸੜਕਾਂ। ਗਰਮੀ ਅੱਜ ਬੜੀ ਸ਼ਿੱਦਤ ਦੀ ਹੈ, ਬੋਤਲ ਅਸੀਂ ਅੱਗੇ ਟੰਗੀ ਪਾਣੀ ਦੀ ਭਰ ਕੇ, ਜਿੱਥੇ ਹੀ ਤ੍ਰੇਹ ਲੱਗਦੀ ਹੈ ਬੋਤਲ ਮੂੰਹ ਨੂੰ ਲਾ ਲਈ ਦੀ ਹੈ। ਜ਼ਰਾ ਸਫ਼ਰ ਅਸੀਂ ਕਰ ਰਹੇ ਹਾਂ ਥਲ ਦੇ ਇਲਾਕੇ ਦਾ। ਕਣਕਾਂ ਦਾ ਮੌਸਮ ਹੈ, ਕਣਕਾਂ ਵੱਢੀਆਂ ਜਾ ਰਹੀਆਂ, ਸਟਾਰਟ ਹੋ ਗਈਆਂ ਕਣਕਾਂ ਵੱਢੀਆਂ ਜਾਣੀਆਂ। ਇਹ ਹੁਣ ਲੱਗੀਆਂ ਨੇ ਅਸਲ ਰੌਣਕਾਂ ਥਲ ਦੇ ਅੰਦਰ, ਕਿਉਂਕਿ ਮੈਕਸੀਮਮ ਸ਼ਹਿਰੀ ਲੋਕ ਵੀ ਜਿਹੜੇ ਗਰੀਬ ਗੁਰਬਾ ਨੇ ਉਹ ਵੀ ਆ ਜਾਂਦੇ ਨੇ ਕਣਕ ਕੁਣਕ ਵੱਢਣ, ਰੋਜ਼ੀ ਕਰਨ, ਆਪਣੀ ਸਾਲ ਦੇ ਦਾਣੇ ਬਣਾਉਣ। ਅਤੇ ਜਿਹੜੇ ਦਿਹਾਤ ਦੇ ਲੋਕ ਨੇ ਉਹ ਤਾਂ ਵੈਸੇ ਹੀ ਫਿਰ ਦਿਹਾਤ 'ਚ ਹੁੰਦੇ ਨੇ। ਸਹੀ ਰੌਣਕਾਂ ਲੱਗੀਆਂ ਹੋਈਆਂ ਨੇ, ਸਹੀ ਦਿਹਾਤ ਦਾ ਕਾਰੋਬਾਰ ਐਤਕੀ, ਯਾਨੀ ਕਿ ਇਸ ਮੌਸਮ ਦੇ ਵਿੱਚ ਸਹੀ ਟਾਪ 'ਤੇ ਹੁੰਦਾ। ਇਸ ਟਾਈਮ ਅਸੀਂ ਜਾ ਰਹੇ ਹਾਂ ਥਲ ਦੇ ਇਲਾਕੇ ਦੇ ਵਿੱਚ, ਰੰਗਪੁਰ ਤੋਂ ਚੌਕ ਮੁੰਡੇ ਜੀ ਤਰਫ। ਇੱਥੇ ਮੈਕਸੀਮਮ ਸਹਿਰਾ ਨੇ, ਟਿੱਬੇ ਨੇ ਸਾਰੇ ਹੀ ਸਾਰੇ। ਇਹ ਤੁਸੀਂ ਵੇਖ ਸਕਦੇ ਹੋ, ਇਹ ਟਿੱਬੇ ਨੂੰ ਚੀਰ ਕੇ ਜਿਹੜਾ ਨਾ ਸੜਕ ਬਣਾਈ ਗਈ ਹੈ। ਮਾਸ਼ਾਅੱਲਾ ਇਹ ਰੋਡ ਬੜਾ VIP ਬਣਾਤਾ, ਗੌਰਮੈਂਟ ਦੀ ਮਿਹਰਬਾਨੀ ਹੈ। ਅਸੀਂ ਸਫ਼ਰ ਕਰ ਕਰਕੇ ਹੁਣ ਥੱਕ ਗਏ ਹਾਂ ਅਤੇ ਅਸੀਂ ਹੁਣ ਆਪਣੇ ਦੋਸਤ ਕੋਲ ਬਹਿ ਗਏ ਹਾਂ। ਇੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਹਮਣੇ ਹਾਰਵੈਸਟਰਾਂ ਆ ਗਈਆਂ ਨੇ ਅਤੇ ਕੰਮ ਸਟਾਰਟ ਹੋਣ ਲੱਗਾ ਹੁਣ। ਚਲੋ ਜੀ ਸਫ਼ਰ ਸਟਾਰਟ ਕਰੀਏ। ਇੱਥੇ ਤੁਹਾਨੂੰ ਕੋਠੇ ਜਿਹੀਆਂ ਦੁਕਾਨਾਂ ਮਿਲਣਗੀਆਂ। ਇੱਕ ਦੁਕਾਨ ਸਾਡੇ ਸੱਜੇ ਪਾਸੇ ਹੁਣੇ ਗੁਜ਼ਰੀ ਹੈ। ਇਹ ਰੇਗਿਸਤਾਨ ਦੇ ਵਿੱਚ ਕੋਠੇ ਦਾ ਜਿਹੜਾ ਕਾਰੋਬਾਰ ਹੈ, ਇਹ ਰਾਹਗੀਰਾਂ ਵਾਸਤੇ, ਸਫ਼ਰ ਵਾਲਿਆਂ ਵਾਸਤੇ, ਮੁਸਾਫਰਾਂ ਵਾਸਤੇ ਬੜੀ VIP ਚੀਜ਼ ਹੈ। ਧੁੱਪ ਵੇਖ ਰਹੇ ਹੋ ਕਿਵੇਂ ਧੁੱਪ ਲੱਗੀ ਹੋਈ ਹੈ। ਇਸ ਗਰਮੀ ਦੇ ਵਿੱਚ ਇਹੀ ਇੱਕ ਸਹਾਰਾ ਨੇ ਘੋਟੇ ਵਾਲੇ ਕਿ ਤੂੰ ਠੰਡਾ ਘੋਟਾ ਪੀਓ ਅਤੇ ਸਫ਼ਰ ਜਾਰੀ ਰੱਖੋ। ਅਸੀਂ ਤਾਂ ਘੋਟਾ ਪੀ ਲਿਆ ਅਤੇ ਮਾਸ਼ਾਅੱਲਾ ਹੁਣ ਫਰੈਸ਼ ਹੋ ਗਏ ਹਾਂ। ਇਹ ਸਾਹਮਣੇ ਤੁਸੀਂ ਤੂੜੀ ਵੇਖ ਰਹੇ ਹੋ, ਇਹ ਭੜੋਲੇ ਵਾਲੀ ਜਿਹੜੀ ਹਾਰਵੈਸਟਰ ਹੈ ਨਾ, ਉਹ ਤੂੜੀ ਇਸ ਤਰ੍ਹਾਂ ਇੱਥੇ ਲਾ ਦਿੰਦੀ ਹੈ ਅਤੇ ਇਹ ਫਿਰ ਅੱਗੇ ਨਿਜ਼ਾਮ ਚੱਲਦਾ ਸਾਰਾ। ਤੂੜੀ ਲੋਕ ਇਕੱਠੀ ਕਰ ਲੈਂਦੇ ਨੇ, ਧਣਾ ਬਣਾ ਲੈਂਦੇ ਨੇ, ਉੱਤੇ ਲਿਪ ਦਿੰਦੇ ਨੇ। ਅਤੇ ਇਹ ਸਾਹਮਣੇ ਤੁਸੀਂ ਧੜ ਵੇਖ ਰਹੇ ਹੋ, ਖਤਮ ਹੋਈ ਹੋਈ ਧੜ ਹੈ, ਮੁੱਕੀ ਹੋਈ, ਇਹ ਲਿਪੀ ਹੋਈ ਧੜ ਹੈ। ਇਸ ਤਰ੍ਹਾਂ ਧੜ ਬਣਦੀ ਹੈ ਅਤੇ ਹੁਣ ਖਤਮ ਹੋਈ ਹੋਈ ਹੈ ਨਾ, ਉਹ ਵੱਡੇ ਵੱਡੇ ਢਿੱਗ ਕਬਰਾਂ ਵੱਡੀਆਂ ਵੱਡੀਆਂ, ਉਹੀ ਫੁੱਲ 'ਚ ਪਹੁੰਚ ਗਏ ਹਾਂ ਜਨਾਬ। ਤੁਹਾਨੂੰ ਇੱਥੇ ਬੋਰੋ ਖਾਨੇ ਆ, ਲੋਕਾਂ ਨੇ ਜਗਾਲ ਲਾਏ ਨੇ, ਦੇਸੀ ਪਲੇਟਾਂ ਇਹਨਾਂ ਨੇ ਥੱਲੇ ਹੀ ਸੁੱਟ ਕੇ ਲੰਮੀਆਂ ਪਾਈਆਂ ਨੇ ਅਤੇ ਬੋਰ 'ਚ ਲਾਏ ਨੇ। ਆਓ ਜ਼ਰਾ ਵਿਜ਼ਿਟ ਕਰੀਏ। ਹਾਂ ਆ ਜੀ, ਸਾਰੀਆਂ ਪਲੇਟਾਂ ਹੀ ਲੰਮੀਆਂ ਪਾਈਆਂ ਨੇ, ਥੱਲੇ ਮੈਨੂੰ ਲੱਗਦਾ ਇੱਟਾਂ ਰੱਖੀਆਂ ਹੋਈਆਂ ਇਹਨਾਂ ਨੇ। ਆਹੋ ਇੱਟਾਂ ਰੱਖ ਕੇ ਅਤੇ ਉੱਤੇ ਜਿਹੜਾ ਨਾ ਇਹ ਵੱਲ ਚੜ੍ਹੀ ਹੈ ਜੀ, ਕਾਹਤੇ ਵੱਲ ਚੜ੍ਹੀ ਹੈ। ਪਿੰਡਾਂ ਵਾਲੇ ਜ਼ਰਾ ਚੁੱਪ ਹੀ ਰੱਖਿਆ ਜੇ, ਅਤੇ ਸ਼ਹਿਰੀ ਬਰਗਰ ਬੱਚੇ ਦੱਸੋ ਹਾਂ ਕਿਹੜੀ ਸ਼ੈਬ ਹੈ, ਅਸੀਂ ਦੱਸ ਦਿੰਦੇ ਹਾਂ। ਇਹ ਡਰਿੱਲ ਮਸ਼ੀਨ ਹੈ ਜੀ, ਇਹਦੇ ਨਾਲ ਕਪਾਹ ਅਤੇ ਗੰਦਮ ਦਾ ਬੀਜ ਕੇਰਿਆ ਜਾਂਦਾ ਫਸਲ ਜ਼ਮੀਨ ਦੇ ਅੰਦਰ, ਤਾਂ ਕਿ ਇਹ ਜਿਹੜੀ ਜ਼ਮੀਨ ਹੈ ਇੱਕ ਅੱਛੇ ਤਰੀਕੇ ਨਾਲ ਉਹਦੀ ਪੈਦਾਵਾਰ ਲਈ ਜਾ ਸਕੇ। ਅਤੇ ਆਇਓ ਵੀਰੋ, ਜ਼ਰਾ ਬੋਰ ਵੱਲ ਚੱਲਦੇ ਹਾਂ, ਬੋਰ ਨੂੰ ਵੇਹਨੇ ਹਾਂ ਕਿਹੋ ਜਿਹਾ ਨਿਜ਼ਾਮ ਇੱਥੇ ਲੱਗਾ ਹੋਇਆ। ਅਤੇ ਪੁਰਾਣਾ ਜਿਹਾ ਟਰੈਕਟਰ ਲਾਇਆ ਉਹਨਾਂ ਨੇ, ਥੋੜ੍ਹੀ ਜਿਹੀ ਪੈਲੀ ਹੋਣੀ ਹੈ ਨਾਮ ਦੀ। ਅਤੇ ਇਹ ਬੋਰ ਹੈ ਜੀ, ਬੋਰ ਦਾ ਖੱਡਾ ਇਹ ਨਾਲ ਸਟੀਰ ਰੱਖਿਆ ਤਾਂ ਕਿ ਜਿਹੜੀ ਡਰਾਈਵਰੀ ਹੈ ਇਹ ਬਿਲਕੁਲ ਠੀਕ ਰਹੇ। ਇਹ ਪਾਈਪ, ਡਰਾਈਵਰੀ ਨੂੰ ਪਾਈਪ ਕਹਿੰਦੇ ਨੇ ਪਿੰਡਾਂ ਦੀ ਜ਼ਬਾਨੀ 'ਚ, ਇਹਨੂੰ ਕਹਿੰਦੇ ਨੇ ਡਰਾਈਵਰੀ। ਅਤੇ ਹੁਣ ਅਸੀਂ ਵਾਪਸੀ ਜਾਣ ਲੱਗੇ ਹਾਂ, ਚੱਕਰ ਲਾ ਲਿਆ ਆਪਾਂ ਇੱਥੇ, ਵਿਜ਼ਿਟ ਕਰਾਤਾ ਆਪਣੇ ਵੀਵਰਸ ਨੂੰ। ਵੀਵਰਸ ਸਬਸਕ੍ਰਾਈਬ ਕਰੋ, ਲਾਈਕ ਕਰੋ, ਇਹ ਮਿਹਰਬਾਨੀ ਕਰੋ। ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ, ਸਾਹਮਣੇ ਸਾਡੀ ਬਾਈਕ ਖਲੋਤੀ ਹੈ, ਇਹ ਤੁਸੀਂ ਵੇਖ ਰਹੇ ਹੋ ਨਜ਼ਾਰੇ। ਅਤੇ ਇਹਦੇ ਨਾਲ ਸਾਨੂੰ ਇਜਾਜ਼ਤ ਦਿਓ, ਇਨਸ਼ਾਅੱਲਾ
ਕੱਲ ਫਿਰ ਮੁਲਾਕਾਤ ਹੋਏਗੀ। ਬਾਏ ਬਾਏ ਟਾਟਾ। ਜਨਾਬ ਜਿਹੜੀ ਫਸਲ ਕੱਟੀ ਹੋਈ ਹੈ ਇਹ ਹੈ ਤਿਲਾਂ ਦੀ ਫਸਲ, ਤੇ ਤਿਲਾਂ ਦੀ ਫਸਲ ਤੇ ਇੱਕ ਸਾਡੀ ਪੂਰੀ ਵੀਡੀਓ ਬਣੀ ਹੈ ਕਿ ਤਿਲਾਂ ਦੀ ਫਸਲ ਕਿਵੇਂ ਗਰੋ ਕਰਦੀ ਹੈ ਤੇ ਕਿਵੇਂ